ਮੈਂ ਹਾਂ ਚੰਚਲ ਮਨਹੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ ਇਜ਼ਰਾਈਲੀ ਫਿਲਮ ਕ੍ਰਿਟਿਕ ਨੇ ਜਿਸ ਦਾ ਨਾਮ ਨਾਦਵ ਲੈਪਿਡ ਹੈ ਦੀ ਕਸ਼ਮੀਰ ਫਾਈਲ ਵਾਲੇ ਜੋ ਟਿੱਪਣੀ ਕੀਤੀ ਹੈ ਕਿ ਇਹ ਇੱਕ ਬੇਤੁਕੀ ਤੇ ਪ੍ਰਾਪੇਗੰਡਾ ਫਿਲਮ ਹੈ ਉਸਨੇ ਇਸ ਵਿਵਾਦਤ ਫਿਲਮ ਬਾਰੇ ਮੁੜ ਕੁਮਾਂਤਰੀ ਪੱਧਰ ਤੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ ਸੋ ਲੈਪਿਡ ਨੇ ਕੁਝ ਟਿੱਪਣੀਆਂ ਆਪਣੇ ਮੁਲਕ ਵਾਪਸ ਪ੍ਰਤਕਿਰ ਇਜ਼ਰਾਈਲ ਦੇ ਪ੍ਰੈਸ ਨਾਲ ਉਥੋਂ ਦੇ ਮੀਡੀਆ ਨਾਲ ਉਥੋਂ ਦੀਆਂ ਅਖਬਾਰਾਂ ਨਾਲ ਇਸ ਮੁੱਦੇ ਤੇ ਜੋ ਪ੍ਰੈਸ ਇੰਟਰਵਿਊ ਕੀਤੀ ਹੈ ਉਸ ਵਿੱਚ ਉਸਨੇ ਭਾਰਤ ਨੂੰ ਅਤੇ ਆਪਣੇ ਦੇਸ਼ ਦੇ ਰਾਜਦੂਤ ਜੋ ਇੰਡੀਆ ਵੀ ਚਾਨ ਦੋਵਾਂ ਦੀ 폭ਸਪੋਜ਼ ਕਰ ਦਿੱਤਾ ਹੈ ਦੋਵਾਂ ਦੀ ਬੁਰੀ ਤਰ੍ਹਾਂ ਉਸਨੇ ਝਾੜ ਚਪਟ ਜਿਹਨੂੰ ਪੰਜਾਬੀ ਚ ਕਹਿੰਦੇ ਹਨ ਉਹ ਕੀਤੀ ਹੈ ਇਸ ਸਭ ਕੁਝ ਦੀ ਕਹਾਣੀ ਨੂੰ ਵੇਰਵੇ ਨੂੰ ਤੁਹਾਡੇ ਸੁਨਮੁਖ ਅਸੀਂ ਰੱਖਣ ਤੋਂ ਪਹਿਲੇ ਮੇਰੇ ਆਪ ਜੀ ਨੂੰ ਗੁਜਾਰਿਸ਼ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦਾ ਬੈਲ ਬਟਨ ਵੀ ਪ੍ਰੈਸ ਕਰੋ ਅਤੇ ਇਸ ਦੀ ਜੋ ਕਮੈਂਟ ਬਾਕਸ ਹੈ ਉਹਦੇ ਵਿੱਚ ਇਸ एपिसोड ਬਾਰੇ ਜੋ ਤੁਹਾਡੇ ਵਿਚਾਰ ਹਨ ਉਹਨਾਂ ਨੂੰ ਜਰੂਰ ਦਰਜ ਕਰੋ ਤੇ ਜੇਕਰ ਤੁਹਾਨੂੰ ਇਹ ਐਪੀਸੋਡ ਪਸੰਦ ਆਇਆ ਤਾਂ ਇਸ ਨੂੰ ਲਾਈਕ ਵੀ ਕਰੋ ਆਪਣੇ ਸਬੰਧੀਆਂ ਮਿੱਤਰਾਂ ਨਾਲ ਇਸ ਨੂੰ ਸਾਂਝਾ ਕਰੋ ਤਾਂ ਜੋ ਆਜ਼ਾਦ ਪੱਤਰਕਾਰੀ ਨੂੰ ਤੁਸੀਂ ਅੱਗੇ ਵਧਾਓਗੇ ਸਾਡਾ ਹੌਸਲਾ ਵਧਾਓਗੇ ਅਤੇ ਜੋ ਗੋਦੀ মিডিਆ ਤੁਹਾਡੇ ਪ੍ਰਤੀ ਆਪਣੇ ਟੈਲੀਵਿਜ਼ਨਾਂ ਤੇ ਅਖਬਾਰਾਂ ਵਿੱਚ ਝੂਠੇ ਤੱਥਾਂ ਦੇ ਆਧਾਰ ਤੇ ਜੋ ਖਬਰਾਂ ਲਾਂਦਾ ਹੈ ਉਸ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਲੇਪਡ ਜੋ ਖੁਦ ਇੱਕ ਫਿਲਮ ਮੇਕਰ ਹਨ ਜੋ ਇਜ਼ਰਾਈਲ ਵਿੱਚ ਉਹਨਾਂ ਨੇ ਫਿਲਮਾਂ ਬਣਾਈਆਂ ਉਹਨਾਂ ਫਿਲਮਾਂ ਨੂੰ ਕੁਮਾਂਤਰੀ ਪੱਦਰ ਤੇ ਬੜਾ ਸਨਮਾਨ ਵੀ ਮਿਲਿਆ ਤੇ ਉਹਨਾਂ ਨੂੰ ਕਈ ਅਵਾਰਡ ਵੀ ਮਿਲੇ ਤੋਂ ਉਹ ਕੋਈ ਇੱਕ ਸਧਾਰਨ ਆਲੋਚਕ ਨਹੀਂ ਉਹ ਭਾਰਤ ਵਿੱਚ ਕੀਤੇ ਗਏ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੀ ਜਿਊਰੀ ਦੇ ਚੇਅਰਮੈਨਸਨ ਉਸ ਵਿੱਚ 15 ਫਿਲਮਾਂ ਜੋ ਭਾਰਤ ਤੋਂ ਆਈਆਂ ਉਹਨਾਂ ਵਿੱਚੋਂ ਚੰਗੀਆਂ ਫਿਲਮਾਂ ਚੁਣ ਕੇ ਉਹਨਾਂ ਨੂੰ ਸਨਮਾਨਿਤ ਕਰਨਾ ਸੀ ਅਤੇ ਅਵਾਰਡ ਵੀ ਦੇਣੇ ਸੀ। ਉਹਨਾਂ ਫਿਲਮਾਂ ਵਿੱਚ ਦੀ ਕਸ਼ਮੀਰ ਫਾਈਲ ਨੂੰ ਦੀ ਦਾਖਲ ਕਰ ਲਿਆ ਗਿਆ। ਜਦੋਂ ਉਹ ਆਪਣਾ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ ਉਹਨਾਂ ਨੇ ਦੀ ਫਾਈਲ ਫਿਲਮ ਨੂੰ ਬੜੀ ਬੁਰੀ ਤਰ੍ਹਾਂ ਕ੍ਰਿਟਿਸਾਈਜ਼ ਕੀਤਾ ਉਹਨਾਂ ਨੇ ਜੋ ਸ਼ਬਦ ਵਰਤੇ ਉਹ ਇਸ ਫਿਲਮ ਦੇ ਡਾਇਰੈਕਟਰ ਵਿਵੇਕ ਅਗਨੀਓਤਰੀ ਅਤੇ ਇਹਦੇ ਨਾਇਕ અનુਪਮ ਖੇਰ ਦੋਨਾ ਉੱਪਰ ਇੱਕ ਬਹੁਤ ਬੇਚੇ ਕਰਨ ਵਾਲੀ ਟਿੱਪਣੀ ਹੈ ਉਹਨਾਂ ਨੇ ਕਿਹਾ ਇਹ ਬੇ ਪ੍ਰਪਗੈਂਡੇ ਵਾਲੀ ਫਿਲਮ ਹੈ ਔਰ ਇਹ ਬਿਲਕੁਲ ਬੇਤੁਕੀ ਹੈ ਤੇ ਇਸ ਮੁਕਾਬਲੇ ਵਿੱਚ ਇਸ ਦੀ ਪ੍ਰਦਰਸ਼ਨੀ ਹੋਣੀ ਹੀ ਨਹੀਂ ਚਾਹੀਦੀ ਇਸ ਤੋਂ ਇਲਾਵਾ ਹੋਰ ਬੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਜਿਸ ਤੇ ਕੇ ਕੰਟਰੋਵਰਸੀ ਖੜੀ ਹੋ ਗਈ ਔਰ ਸਾਦੇ ਦੇਜ ਬਬਾਲ ਮਚ ਗਿਆ ਅਖਬਾਰਾਂ ਦੀਆਂ ਸੁਰਖੀਆਂ ਲੱਗੀਆਂ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਟਿੱਪਣੀ ਦੀਆਂ ਸੁਰਖੀਆਂ ਛਪੀਆਂ ਅਖਬਾਰਾਂ ਵਿੱਚ ਮੀਡੀਆ ਵਿੱਚ ਗੱਲ ਇੱਥੋਂ ਤੱਕ ਵੱਧ ਗਈ ਕਿ ਇਜ਼ਰਾਈਲ ਦੇ ਭਾਰਤ ਵਿੱਚ ਰਾਜਦੂਤ ਨੇ ਲਿਪਿਡ ਉੱਪਰ ਟਿੱਪਣੀ ਕੀਤੀ ਕਿ ਤੂੰ ਜਿਸ ਮੁਲਕ ਦਾ ਮੈਂ ਮਾਨੈ ਤੈਨੂੰ ਸੱਦਿਆ ਗਿਆ ਤੂੰ ਉਹਨਾਂ ਦਾ ਪ੍ਰੌਣਾ ਉਹਨਾਂ ਦੀ ਪ੍ਰੌਣਚਾਰੀ ਤੈਨੂੰ ਅਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ ਤੇਰਾ ਇਹ ਐਕਸ਼ਨ ਨਿੰਦਣਯੋਗ ਹੈ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਉਸ ਨੂੰ ਕੋਈ ਇੰਡੀਆ ਨੇ ਨਹੀਂ ਬੁਲਾਇਆ ਇਹ ਤੇ ਫਿਲਮਾਂ ਦੀ ਇੰਟਰਨੈਸ਼ਨਲ ਸੰਸਥਾ ਹੈ ਜਿਸ ਨੇ ਫਿਲਮਾਂ ਦਾ ਮੁਲੰਕਣ ਕਰਨ ਲਈ ਉਹਨਾਂ ਨੂੰ ਅਵਾਰਡ ਦੇਣ ਲਈ ਨਾਮਜਦ ਕੀਤੇਆਂ ਗਿਆ 15 ਫਿਲਮਾਂ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਇਹਦੇ ਵਿੱਚ ਭਾਰਤ ਦਾ ਕੋਈ ਰੋਲ ਨਹੀਂ ਤੇ ਜਿਹੜੀ ਰਾਜਦੂਤ ਦੀ ਟਿੱਪਣੀ ਹੈ ਉਹ ਵੀ ਬੇਮੈਨੇ ਹੈ ਜੇਕਰ ਹੁਣ ਤੁਹਾਨੂੰ ਦੱਸਿਏ ਕਿ ਜਦੋਂ ਉਹ ਆਪਣੇ ਮੁਲਕ ਵਿੱਚ ਪਹੁੰਚ ਗਿਆ ਤੇ ਉਸ ਦੀਆਂ ਇੱਥੇ ਕੀਤੀਆਂ ਹੋਈਆਂ ਟਿੱਪਣੀਆਂ ਅਤੇ ਰਾਜਦੂਤ ਵੱਲੋਂ ਉਹਦੇ ਉੱਪਰ ਕੱਸੇ ਗਏ ਵਿਅੰਗ ਤੇ ਸਖਤ ਸ਼ਬਦਾਂ ਇਜ਼ਰਾਈਲ ਮੀਡੀਆ ਵਿੱਚ ਟੈਲੀਵਿਜ਼ਨ ਮੀਡ ਅਤੇ ਉੱਥੋਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਪਹਿਲਾਂ ਹੀ ਬਣ ਕੇ ਛਪ ਚੁੱਕੇ ਸਨ ਜਦੋਂ ਲੈਪਿਡ ਆਪਣੇ ਮੁਲਕ ਪਹੁੰਚਿਆ ਤਾਂ ਉਸ ਨੂੰ ਉੱਥੋਂ ਦੀ ਪ੍ਰੈਸ ਨੇ ਘੇਰ ਲਿਆ ਕਿ ਵੀ ਇਹ ਜੋ ਵਿਵਾਦ ਹੋਇਆ ਹੈ ਇਹਦੇ ਬਾਰੇ ਤੂੰ ਆਪਣਾ ਵਖਰਾਗ ਆਪਣੀ ਤੂੰ ਸਾਰੀ ਜਿਹੜੀ ਕਹਾਣੀ ਹੈ ਉਹ ਸਾਨੂੰ ਦੱਸ ਲਿਪਿਡ ਨੇ ਭਾਰਤ ਸਰਕਾਰ ਤੇ ਇਹ ਇੰਨੀ ਨਿੰਦਾ ਕੀਤੀ ਜਿਹੜੀ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਉਸਨੇ ਕਿਹਾ ਕਿ ਇਹ ਫਿਲਮ ਭਾਰਤ ਸਰਕਾਰ ਦੇ ਦਬਾਹ ਹਦੀਨ 15 ਉਹਨਾਂ ਫਿਲਮਾਂ ਦਾ ਵਿੱਚ ਦਰਜ ਕੀਤੀ ਗਈ ਜਿਨ੍ਹਾਂ ਨੂੰ ਮੁਕਾਬਲੇ ਲਈ ਕਨਸਿਡਰ ਕੀਤਾ ਜਾਣਾ ਚਾਹੀਦਾ ਸੀ ਇਹ ਭਾਰਤ ਦੇ ਸਰਕਾਰ ਦੇ ਦਬਾਅ ਵਾਲੀ ਗੱਲ ਲੇਪਿਡ ਨੇ ਇੰਡੀਆ ਵਿੱਚ ਨਹੀਂ ਕਹੀ ਸੀ ਮੈਂ ਤੁਹਾਨੂੰ ਉਸ ਦੀ ਦਿੱਤੀ ਹੋਈ ਸਟੇਟਮੈਂਟ ਪੰਜਾਬੀ ਵਿੱਚ ਅਨੁਵਾਦ ਸੁਣਾਉਂਦਾ ਹਾਂ ਵਿਲਮ ਨੂੰ ਸਿਆਸੀ ਦਬਾਅ ਹੈਟ ਮੁਕਾਬਲੇ ਵਾਲੇ ਵਰਗ ਜੋ ਪਾਇਆ ਗਿਆ ਦੀ ਕਸ਼ਮੀਰ ਫਾਈਲ ਫਿਲਮ ਨੂੰ ਮੇਲੇ ਦੇ ਅਧਿਕਾਰਤ ਮੁਕਾਬਲੇ ਵਿੱਚ ਸਿਆਸੀ ਦਬਾਅ ਹੇਠ ਜ਼ਬਰਦਸਤੀ ਪਾਇਆ ਗਿਆ ਵਰਡ ਯੂਜ਼ ਕੀਤਾ ਜ਼ਬਰਦਸਤੀ ਪਾਇਆ ਗਿਆ ਨਿਰਦੇਸ਼ਕ ਨੇ ਕਿਹਾ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਵਿਦੇਸ਼ੀ ਵੱਲੋਂ ਇਹ ਸਬਕ ਨੂੰ ਕਹਿਣਾ ਮੇਰਾ ਫਰਜ਼ ਸੀ ਉਸਨੇ ਜੋ ਟਿੱਪਣੀ ਕੀਤੀ ਹੈ ਉਹ ਕਹਿੰਦਾ ਕਿ ਇਹ ਮੇਰੀ ਮੇਰਾ ਫਰਜ਼ ਸੀ ਕਿਉਂਕਿ ਉਸ ਪਦਵੀ ਤੇ ਹੈਗਾ ਉਸ ਪਦਵੀ ਦੀ ਜ਼ਿੰਮੇਵਾਰੀ ਵੀ ਉਹਨੇ ਨਿਵਾਣੀ ਹੈ ਮੈਂ ਮਹਿਸੂਸ ਕਰਦਾ ਕਿ ਇੱਕ ਵਿਦੇਸ਼ੀ ਵਜੋਂ ਇਹ ਸਭ ਕੁਝ ਕਹਿਣਾ ਮੇਰਾ ਫਰਜ਼ ਸੀ ਜੋ ਸ਼ਾਇਦ ਇੱਥੇ ਲੈਂਦੇ ਲੋਕਾਂ ਲੋਕ ਕਹਿਣ ਵੇਲੇ ਔਖਾ ਮਹਿਸੂਸ ਕਰਦੇ ਹੋਣ ਸਿਰਫ ਬੀਚਾਂ ਤੇ ਖਾਦੇ ਪਕਵਾਨਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਕੁਮਾਂਤਰੀ ਪੱਧਰ ਦਾ ਵਿਸ਼ੇਸ਼ਗ ਹੈ ਫਿਲਮਾਂ ਦਾ ਔਰ ਜੇ ਅੱਗੇ ਅਸੀਂ ਤੁਹਾਨੂੰ ਉਹਦੇ ਜੀਵਨ ਦੀਆਂ ਪ੍ਰਾਪਤੀਆਂ ਤੇ ਜੀਵਨ ਬਾਰੇ ਦੱਸਾਂਗੇ ਤੇ ਉਸ ਬਾਰੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਉਹ ਇਜ਼ਰਾਈਲ ਵਿੱਚ ਰਹਿਣਾ ਹੀ ਪਸੰਦ ਨਹੀਂ ਕਰਦਾ ਉਹ ਇਜ਼ਰਾਈਲ ਦੀ ਜੋ ਭਾਸ਼ਾ ਹੈ ਜਾਨੀ ਜਿਹੜੀ ਉਹਦੀ ਮਾਤ ਭਾਸ਼ਾ ਹੈ ਹਰਬਿਊ ਉਹ ਵੀ ਬੋਲਣੀ ਨਹੀਂ ਪਸੰਦ ਕਰਦਾ ਤੇ ਉਸ ਨੇ ਆਪਣਾ ਘਰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰੱਖਿਆ ਹੋਇਆ ਔਰ ਉਹ ਇੱਕ ਬਾਗੀ ਤਬੀਅਤ ਦਾ ਐਂਟੀ ਐਸਟੈਬਲਿਸ਼ਮੈਂਟ ਫਿਲਮ ਕ੍ਰਿਟਿਕ ਹੈ ਡਾਇਰੈਕਟਰ ਹੈ ਉਸਨੇ ਰਾਜਦੂਤ ਤੇ ਵੀ ਟਿੱਪਣੀ ਕੀਤੀ ਕਿ ਜੋ ਭਾਰਤ ਵਿੱਚ ਇਜ਼ਰਾਈਲ ਦਾ ਰਾਜਦੂਤ ਹੈ ਇਹ ਉਸ ਪਾਰਟੀ ਨੇ ਲਗਾਇਆ ਹੈ ਜਿਸ ਪਾਰਟੀ ਦਾ ਮੈਂ ਸਖਤ ਅਲੋਚਕ ਹਾਂ ਇਸ ਕਰਕੇ ਉਸ ਦਾ ਮੇਰੇ ਬਾਰੇ ਕੁਝ ਵੀ ਕਹਿਣਾ ਅਰਥਹੀਨ ਹੈ ਸਾਨੂੰ ਇਹ ਗੱਲ ਸਮਝਨੀ ਚਾਹੀਦੀ ਹੈ ਕਿ ਨਾਦਵ ਲੇਪਿਟ ਕਿਨਾ ਬੇਬਾਕ ਆਲੋਚਕ ਹੈ ਔਰ ਐਂ ਲੱਗਦਾ ਕਿ ਉਹ ਆਪਣੀ ਹੋਂਦ ਨੂੰ ਆਪਣੀ ਥਾਂ ਨੂੰ ਸਮਝਦਾ ਉਹਦੀ ਉਮਰ ਸਿਰਫ 47 ਸਾਲ ਹੈ ਔਰ ਉਹਦੀਆਂ ਕਈ ਫਿਲਮਾਂ ਨੂੰ ਕਮਾਂਤਰੀ ਪੱਦਰ ਤੇ ਅਵਾਰਡ ਮਿਲ ਚੁੱਕੇ ਹਨ ਉਹ ਆਪਣੀਆਂ ਅਵਾਰਡ ਮਿਲ ਚੁਕੀਆਂ ਫਿਲਮਾਂ ਦਾ ਵੀ ਸਖਤ ਅਲੋਚਨਾ ਕਰਦਾ ਹੈ ਔਰ ਦੱਸਦਾ ਹੈ ਕਿ ਉਹਨਾਂ ਵਿੱਚ ਕੀ ਕੀ ਨੁਕਸਾਨ ਔਰ ਔ ਰੋਲ ਆਫ ਆਰਟ ਬਾਰੇ ਉਸਨੂੰ ਕਾਫੀ ਅਧਿਐਨ ਹੈ ਔਰ ਗਿਆਨ ਹੈ ਇਹ ਜਿਹੜਾ ਐਪੀਸੋਡ ਆਪਾਂ ਕਰ ਰਹੇ ਆ ਇਹ ਕੋਈ ਅਸੀਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਦਬਾਥਲੇ ਕਸ਼ਮੀਰ ਛੱਡਣਾ ਪਿਆ ਉਹਨਾਂ ਦੀ ਵਿਰੋਧਤਾ ਲਈ ਨਹੀਂ ਕਰ ਰਹੇ ਪਰ ਉਹਨਾਂ ਦੇ ਜੀਵਨ ਬਾਰੇ ਅਸੀਂ ਅੱਗੇ ਆਵਾਂਗੇ ਅਤੇ ਦੱਸਾਂਗੇ ਉਹਨਾਂ ਬਾਰੇ ਵੀ ਕੁਝ ਇਸ ਤੋਂ ਪਹਿਲੇ ਮੈਂ ਇਹ ਦੱਸਣਾ ਚਾਹਨਾ ਕਿ ਲੈਪਿਡ ਜੋ ਹੈ ਉਹ ਜਿਸ ਮਾਤਾ ਪਿਤਾ ਦੇ ਪਰਿਵਾਰ ਵਿੱਚ ਉਹਦਾ ਜਨਮ ਹੋਇਆ ਉਹਦਾ ਪਿਤਾ ਜਿਹੜਾ ਉਹ ਹੈਮਿਡ ਲਿਪਿਡ ਇੱਕ ਰਾਈਟਰ ਹੈ ਅਰੇ ਉਹਦੀ ਮਾਤਾ ਫਿਲਮ ਐਡੀਟਰ ਹੈ 에ਰਾ ਲਿਪਿਡ ਉਸ ਦਾ ਜਨਮ ਤਿਲ ਐਵੇ ਯਾਨੀ ਇਜ਼ਰਾਈਲ ਦੀ ਰਾਜਧਾਨੀ ਵਿੱਚ 1975 ਵਿੱਚ ਹੋਇਆ ਉਸ ਨੇ ਫਿਲਾਸਫੀ ਅਤੇ ਲਿਟਰੇਚਰ ਪੈਰਿਸ ਯੂਨੀਵਰਸਿਟੀ ਤੋਂ ਕੀਤਾ ਹੈ ਔਰ ਸੈਮ ਸੀਬਗਲ ਫਿਲਮ ਸਕੂਲ ਤੋਂ ਉਸ ਨੇ ਜੋ ਰਾਸ਼ਟਰਾ ਤੋਂ 2006 ਵਿੱਚ ਗ੍ਰੈਜੂਏਸ਼ਨ ਕੀਤੀ ਹੈ ਔਰ ਉਸ ਨੇ ਕਈ ਬੇਬਾਕ ਫਿਲਮਾਂ ਬਣਾਈਆਂ ਹਨ ਜਿਹੜੀਆਂ ਕਿ ਇਜ਼ਰਾਈਲੀ ਸਮਾਜ ਤੇ ਸਿਆਸਤ ਨੂੰ ਐਕਸਪੋਜ਼ ਕਰਦੀਆਂ ਹਨ ਉਥੋਂ ਦੇ ਹੁਕਮਾਣੂ ਵੀ ਉਹਨਾਂ ਦੀਆਂ ਕੌਨਸਪਰੇਸੀਜ਼ ਨੂੰ ਨੰਗਾ ਕਰਦੀਆਂ ਹਨ ਹੁਣ ਅਸੀਂ ਗੱਲ ਇਹ ਕਰਦੇ ਹਾਂ ਕਿ ਭਾਰਤ ਸਰਕਾਰ ਨੂੰ ਕੋਈ ਲੋੜ ਨਹੀਂ ਸੀ ਕਿ ਇੱਕ ਪ੍ਰਪਾਗੈਂਡਾ ਫਿਲਮ ਨੂੰ ਉਹ ਅਵਾਰਡ ਲਈ ਚੁਣੀਆਂ ਗਿਆ 15 ਫਿਲਮਾਂ ਵਿੱਚ ਦਰਜ ਕਰਵਾਉਂਦੇ ਜਿੱਥੇ ਭਾਰਤ ਸਰਕਾਰ ਨੇ ਆਪਣੇ ਦੇਸ਼ ਦੀ ਬੇਇੱਜ਼ਤੀ ਕਰਵਾਈ ਔਰ ਉਸ ਫਿਲਮ ਦੇ ਡਾਇਰੈਕਟਰ ਵਿਵੇਕ ਅਗਨੀਓਤਰੀ ਅਤੇ ਫਿਲਮ ਦੇ ਮੁੱਖ ਨਾਇਕ અનુਪਮ ਖੇੜ ਦੀ ਵੀ ਕਰਵਾਈ ਇਥੇ ਦੱਸਣਾ ਜ਼ਰੂਰੀ ਹੈ ਕਿ અનુਪਮ ਖੇਰ ਬੀਜੇਪੀ ਦਾ ਮੈਂਬਰ ਹੈ ਔਰ ਉਸ ਦੀ ਤਰੰਬਤਨੀ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਹੈ ਸੋ ਉਸ ਦਾ ਇਤਨਾ ਕਨੇਸਟਰ ਰਿਸ਼ਤਾ ਹੈ ਬੀਜੇਪੀ ਨਾਲ ਤੇ ਜਦੋਂ ਉਹ ਸਿਆਸੀ ਫਿਲਮਾਂ ਬਣਾਏਗਾ ਤੇ ਉਹ ਪ੍ਰਪਾਗੈਂਡਾ ਹੀ ਕਈਆਂ ਜਾਣਗੇ ਉਸਨੇ ਦੇਸ਼ ਦੇ ਦੋ ਵਾਰੀ रह चुके ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਉੱਪਰ ਵੀ ਇੱਕ ਪ੍ਰਪਗੈਂਡਾ ਫਿਲਮ ਬਣਾਈ ਤੇ ਉਹਨਾਂ ਦੀ ਖਿੱਲੀ ਉਡਾਣ ਦੀ ਕੋਸ਼ਿਸ਼ ਕੀਤੀ ਉਸ ਫਿਲਮ ਰਾਹੀਂ ਫਿਲਮ ਦਾ ਨਾਮ ਹੈ ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜਾਣੀ ਕਿ অনুপਮ ਖੇਰ ਉਹਨੂੰ ਪ੍ਰਾਈਮ ਮਿਨਿਸਟਰੀ ਮੰਨਣ ਨੂੰ ਤਿਆਰ ਨਹੀਂ ਤੇ ਉਸ ਨੂੰ ਕਹਿ ਰਿਹਾ ਕੋਈ ਇੱਕ ਹਾਦਸੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਜਦ ਕੇ ਡਾਕਟਰ ਮਨਮੋਨ ਸਿੰਘ ਦੀ ਜੋ ਇਕਨੋਮੀ ਉਪਰ ਪਕੜ ਹੈ ਉਸ ਦੀ ਛਲਾਗਾ ਸਿਰਫ ਇੰਡੀਆ ਵਿੱਚ ਨਹੀਂ ਵਿਸ਼ ਪਦਰਤੇ ਹੈ ਉਸ ਦੀ ਜਰਮਨੀ ਨੇ ਵੀ ਸਲਾ ਲਈ ਹੈ ਉਸ ਦੀ ਯੂਕੇ ਨੇ ਵੀ ਸਲਾ ਲਈ ਹੈ ਔਰ ਉਸ ਦੀ ਅਮਰੀਕਾ ਤੇ ਕੈਨੇਡਾ ਤੱਕ ਨੇ ਆਪਣੀਆਂ ਇਕਨੋਮੀਆਂ ਨੂੰ ਸੁਧਾਰਨ ਲਈ ਉਸ ਨੂੰ ਸਲਾਹਿਆ ਹੈ। ਉਹ ਉਹਨਾਂ ਨੇ ਇੱਕ ਵਿਸ਼ੇਸ਼ਗ ਇਕਨੋਮਿਸਟ ਦੇ ਤੌਰ ਤੇ ਉਹਨਾਂ ਮੁਲਕਾਂ ਨੂੰ ਸਲਾਹ ਦਿੱਤੀ ਹੈ। ਇਟਲੀ ਦੇ ਤਤਕਲੀਨ ਪ੍ਰਾਈਮ ਮਿਨਿਸਟਰ ਨੇ ਵੀ ਡਾਕਟਰ ਮਨਮੋਹਨ ਸਿੰਘ ਨੂੰ ਬੁਲਾਇਆ ਅਤੇ ਉਹਨਾਂ ਤੋਂ ਆਪਣੇ ਦੇਸ਼ ਦੀ ਇਕਨੋਮੀ ਨੂੰ ਸਿੱਧੇ ਰਸਤੇ ਪਾਉਣ ਲਈ ਔਨ ਟ੍ਰੈਕ ਲਿਆਣ ਲਈ ਵੀ ਸਲਾਹ ਲਈ ਹੈ ਪਰ ਇਹ ਪ੍ਰੋਪਾਗੈਂਡਾ ਭਾਰਤ ਦੇ ਲੋਕਾਂ ਵਿੱਚ ਜੋ ਗੱਲਾਂ ਕਹਿਣ ਦੀ ਜ਼ਰਤ ਨਹੀਂ ਕਿਉਂਕਿ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਸਾਡੇ ਬਹੁਤ ਸਾਰੇ ਲੋਕ ਆਪਣੇ ਮੁਫਾਦ ਨੂੰ ਮਦੇ ਨਜ਼ਰ ਰੱਖ ਕੇ ਫਿਲਮਾਂ ਦੇ ਬਾਰੇ ਵੀ ਕੋਈ ਆਲੋਚਨਾ ਨਹੀਂ ਠੀਕ ਕੀਤੀ ਗਈ ਇਹ ਫਿਲਮ ਨੇ 60 ਕਰੋੜ ਰੁਪਏ ਕਮਾਇਆ ਇਹਦਾ ਖਰਚਾ ਵੀ ਨਿਕਲ ਗਿਆ ਇਹਨੇ ਚੰਗੇ ਪੈਸੇ ਵੀ ਕਮਾਏ ਪਰ ਜਦੋਂ ਇਹ ਫਿਲਮ ਸਿਨੇਮਿਆਂ ਵਿੱਚ ਆਈ ਤੇ ਅਖਬਾਰਾਂ ਵਿੱਚ ਤੇ ਮੀਡੀਆ ਵਿੱਚ ਇਸ ਦੀ ਜਿਹੜੀ ਆਲੋਚਨਾ ਵੀ ਹੋਈ ਕਿ ਇਹ ਇੱਕ ਪ੍ਰੋਪਗੈਂਡਾ ਫਿਲਮ ਬਣਾਈ ਗਈ ਹੈ ਔਰ ਕਸ਼ਮੀਰੀਆਂ ਦਾ ਜਿਹੜਾ ਦੁਖਾਂਤ ਹੈ ਕਿ ਪੰਡਤਾਂ ਨੂੰ ਦੀ ਹਿਜਰਤ ਅਤੇ ਆਮਾਨੋ ਇਸ ਤਰ੍ਹਾਂ ਕਹਾਣੀ ਵਿੱਚ ਚਿੱਤਰਬੰਦ ਕੀਤਾ ਗਿਆ ਹੈ ਕਿ ਉਸ ਦੇ ਰਹੀਂ ਦੇਸ਼ ਵਿੱਚ ਤ੍ਰੁਈਕਰਨ ਯਾਨੀ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਇੱਕ ਦਰਾੜ ਪਾਉਣ ਦਾ ਯਤਨ ਵੀ ਕੀਤਾ ਗਿਆ ਹੈ ਸੋ ਅਜਹੀ ਫਿਲਮ ਨੂੰ ਸਰਕਾਰ ਨੇ ਦਬਾਅ ਪਾ ਕੇ ਕੋ ਮੰਤਰੀ ਪੱਦਰ ਦੇ ਮੇਲੇ ਵਿੱਚ ਇਨਾਮ ਲਈ ਰੱਖ ਕੇ ਸਵਾਏ ਇਸ ਦੇ ਕਿ ਆਪਣੀ ਅਤੇ ਦੇਸ਼ ਦੀ ਬੇਇੱਜ਼ਤੀ ਤੋਂ ਸਵਾ ਹੋਰ ਕੁਝ ਨਹੀਂ ਕਰਾਇਆ ਹੁਣ ਮੈਂ ਗੱਲ ਕਰਦਾ ਹਾਂ ਕਸ਼ਮੀਰੀ ਪੰਡਤਾਂ ਨੇ ਜੰਮੂ ਕਸ਼ਮੀਰ ਖਾਸ ਕਰਕੇ ਕਸ਼ਮੀਰ ਵਿੱਚੋਂ ਹਜ਼ਾਰਾਂ ਦੀ ਤਦਾਦ ਵਿੱਚ ਕਸ਼ਮੀਰੀ ਪੰਡਤਾਂ ਨੂੰ ਘਰ ਛੱਡਣੇ ਪਏ ਉਹ ਰਿਫਿਊਜੀ ਬਣ ਗਏ ਉੱਥੇ ਕਿਉਂਕਿ ਜਿਹੜੇ ਟੈਰਰਿਸਟ ਸੀ ਕਸ਼ਮੀਰੀ ਉਹਨਾਂ ਵੱਲੋਂ ਇਹਨਾਂ ਨੂੰ ਟਾਰਗੇਟ ਬਣਾਇਆ ਜਾਂਦਾ ਸੀ ਤੇ ਕਾਫੀ ਕਸ਼ਮੀਰੀਆਂ ਦੀ ਪਰਿਵਾਰਾਂ ਦੀ ਮੌਤ ਵੀ ਹੋ ਗਈ ਹੁਣ ਹਲੇ ਵੀ ਇਹ ਸਿਲਸਿਲਾ ਜਾਰੀ ਹੈ ਪਿੱਛੇ ਜੇ ਵੀ ਕਈ ਕਸ਼ਮੀਰੀ ਗਵਰਨਮੈਂਟ EMPLOYEES ਨੂੰ ਟੀਚਰਾਂ ਨੂੰ ਅਤੇ ਬਿਜ਼ਨਸਮੈਨਾਂ ਨੂੰ ਕਤਲ ਕੀਤਾ ਗਿਆ ਉਹਨਾਂ ਦੀ ਗੋਲੀਆਂ ਮਾਰ ਕੇ ਦਿਹਾਂਤ ਕੀਤਾ ਗਿਆ ਹੈ ਬੜੀ ਦੁਖ ਭਰੀ ਕਹਾਣੀ ਹੈ ਕਸ਼ਮੀਰੀ ਪੰਡਤਾਂ ਦੀ ਮੈਨੂੰ ਉਹਨਾਂ ਨਾਲ ਪੂਰੀ ਸਹਾਨਭੂਤੀ ਹੈ ਹਮਦਰਦੀ ਹੈ ਕਿਉਂਕਿ ਮੈਂ ਖੁਦ ਰਿਫਿਊਜੀ ਹਾਂ ਮੈਂ ਰਿਫਿਊਜੀ ਕੈਂਪ ਵਿੱਚ ਮੇਰਾ ਜਨਮ ਹੋਇਆ ਤੇ 1947 ਵਿੱਚ ਅਸੀਂ ਰਾਵਲਪਿੰਡੀ ਤੋਂ ਆਏ ਹਾਂ ਮੈਂ ਇੱਕ ਰਿਫਿਊਜੀ ਪਰਿਵਾਰ ਦੀ ਜੋ ਅਸੀਂ ਮੁਸੀਬਤਾਂ ਸਹਿਣ ਕੀਤੀਆਂ ਇੰਡੀਆ ਆ ਕੇ ਅਸੀਂ ਇੰਡੀਆ ਨੂੰ ਆਪਣਾ ਦੇਸ਼ ਅਡਾਪਟ ਕੀਤਾ ਮੇਰੇ ਮਾਤਾ ਪਿਤਾ ਨੇ ਤੋਂ ਮੈਂ ਉਸ ਸਮੇਂ ਆਪਣੀ ਮਾਤਾ ਦੇ ਪੇਟ ਵਿੱਚ ਸੀ ਜਦੋਂ ਅਸੀਂ ਰਾਵਲ ਪਿੰਡੀ ਘਰ ਛੱਡ ਕੇ ਤੇ ਟ੍ਰੇਨ ਵਿੱਚ ਆਏ ਦੋ ਮੇਰੀਆਂ ਪੈਣਾ ਦੋ ਮੇਰੇ ਪਰਾ ਪਿਤਾ ਤੇ ਮੇਰੀ ਮਾਤਾ ਸਾਰੇ ਰਸਤੇ ਮੇਰੀ ਮਾਤਾ ਦੇ ਮਨ ਤੇ ਜੋ ਦਹਿਸ਼ਤ ਬੈਠੀ ਹੋਈ ਸੀ ਕਿ ਮੇਰੀਆਂ ਧੀਆਂ ਕੋਈ ਖੋ ਕੇ ਨਾ ਲੈ ਜਾਏ ਕੋਈ ਖੋ ਕੇ ਨਾ ਲੈ ਜਾਏ ਉਹਦਾ ਟ੍ਰੋਮਾ ਕਿਉਂਕਿ ਮੈਂ ਪੂਰਾ ਬੱਚਾ ਬਣ ਚੁੱਕਾ ਸੀ ਅਗਸਤ ਵਿੱਚ ਆਏ ਤੇ ਨਵੰਬਰ ਚ ਮੈਂ ਜਨਮਿਆ ਤਾਂ ਮੇਰੇ ਮਾਨਸਿਕਤਾ ਤੇ ਉਹਦਾ ਅੱਜ ਵੀ ਅਸਰ ਹੈ ਤੋਂ ਮੈਂ ਰਫਿਊਜੀਆ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਮਨ ਕੇ ਸਮਝ ਸਕਦਾ ਸ਼ਾਇਦ ਹੋਰ ਕੋਈ એપisode ਕਰਦਾ ਤਾਂ ਉਸ ਨੂੰ ਕਸ਼ਮੀਰੀ ਪੰਡਤਾਂ ਦਾ ਦੁੱਖ ਦਰਦ ਨਾ ਸਮਝ ਆਂਦਾ ਜਦੋਂ ਤੁਹਾਨੂੰ ਘਰ ਛੱਡਣਾ ਪੈਂਦਾ ਜਦੋਂ ਤੁਸੀਂ ਰਿਫਿਊਜੀ ਬਣਦੇ ਹੋ ਤੇ ਮੇਰੇ ਮਾਤਾ ਪਿਤਾ ਨੇ ਰਿਫਿਊਜੀ ਬਣਨ ਦਾ ਅਨਪਾਕ ਦੋ ਵਾਰੀ ਹੋਇਆ ਜਦੋਂ 1984 ਵਿੱਚ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਵਾਇਲੈਂਸ ਹੋਈ ਮੇਰੇ ਮਾਤਾ ਪਿਤਾ ਅੰਬਾਲਾ ਕੈਂਟ 'ਚ ਰਹਿੰਦੇ ਸੀ ਉਹਨਾਂ ਤੇ ਪਿਤਾ ਮੇਰੇ ਤੇ ਬਾਜ਼ਾਰ ਵਿੱਚ ਹਮਲਾ ਹੋ ਗਿਆ ਉਸ ਤੋਂ ਬਾਅਦ ਸਾਡੇ ਪਰਿਵਾਰ ਨੇ ਅੰਬਾਲਾ ਕੈਂਟ ਵੀ ਛੱਡ ਦਿੱਤਾ ਅਤੇ ਉਹ ਚੰਡੀਗੜ੍ਹ ਆ ਕੇ ਵਸ ਗਏ ਇਹ ਅਸੀਂ ਦੁਬਾਰਾ ਆਪਣੇ ਹੀ ਦੇਸ਼ 'ਚ ਰਿਫਿਊਜੀ ਬਣੇ ਤਾਂ ਕਈ ਜਰਨਲਿਸਟ ਹੈ ਚੰਡੀਗੜ੍ਹ 'ਚ ਸਾਡੇ ਜਰਨਲਿਸਟ ਹੈ ਇੰਦਰਪ੍ਰੀਤ ਸਿੰਘ ਪਹਿਲੇ ਪਾਕਿਸਤਾਨ ਤੋਂ ਕਾਨਪੁਰ ਗਏ 1984 ਵਿੱਚ ਉਹਨਾਂ ਦਾ ਪਰਿਵਾਰ ਕਾਨਟੋਇਰ ਤੋਂ ਜਾਨ ਬਜਾ ਕੇ ਮੁਹਾਲੀ ਆ ਕੇ ਵਸਿਆ ਤੇ ਉਹ ਆਪਣੀ ਮਿਹਨਤ ਨਾਲ ਉਸ ਨੌਜਵਾਨ ਬੱਚੇ ਨੇ ਆਪਣਾ ਕੈਰੀਅਰ ਬਣਾਇਆ ਉਹਦੀ ਬੜੀ ਦੁੱਖ ਭਰੀ ਕਹਾਣੀ ਹੈ ਮੈਂ ਇਸ ਲਈ ਇਹ ਕਹਿਣਾ ਚਾਹੁੰਦਾ ਕਿ ਜੋ ਕਸ਼ਮੀਰੀਆਂ ਨਾਲ ਵਾਪਰ ਰਿਹਾ ਉਹ ਕਸ਼ਮੀਰੀ ਬੰਦਾਂ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਆਪਣੇ ਸਰੀਰ ਤੇ ਝੱਲਣਾ ਪੈ ਰਿਹਾ ਉਹ ਕਿਸੇ ਨਾਲ ਨਾ ਵਾਪਰੇ ਕਸ਼ਮੀਰ ਵਿੱਚ ਉਹਨਾਂ ਦੇ ਮੈਂ ਮਕਾਨ ਦੇਖ ਕੇ ਆਇਆ ਕਈ ਵਾਰੀ ਉਹ ਖਾਲੀ ਪੈਨ ਉਹ ਜਿਹੜੇ ਪੈਨ ਕਈ ਮਕਾਨਾਂ ਨੂੰ ਮੁਸਲਮਾਨਾਂ ਨੇ ਆਕੂਪਾਈ ਕਰ ਲਿਆ ਮਕਾਨ ਵਿਕਦੇ ਨਹੀਂ ਕੋਈ ਖਰੀਦਦਾਰ ਨਹੀਂ ਸੋ ਕਸ਼ਮੀਰੀ ਪੰਡਿਤਾ ਨਾਲ ਸਾਨਾ ਬੁੱਧੇ ਰੱਖਣੀ ਉਹਨਾਂ ਨੂੰ ਸਥਾਪਨਾ ਲਈ ਸਭ ਮਦਦ ਦੇਣੀ ਇੰਦਰਾ ਗਾਂਧੀ ਦੇ ਟਾਈਮ ਤੇ ਪੂਰੀ ਮਦਦ ਦਿੱਤੀ ਗਈ ਉਹਨਾਂ ਨੂੰ ਬੈਂਕਾਂ ਵਿੱਚ ਮੈਡੀਕਲ ਕਾਲਜਾਂ ਚ ਇੰਜੀਨੀਅਰਿੰਗ ਕਾਲਜਾਂ ਯੂਨੀਵਰਸਿਟੀਆਂ ਚ ਉਹਨਾਂ ਲਈ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਬਹੁਤ ਸਾਰੇ ਕਸ਼ਮੀਰੀ ਪੰਡਤ ਹਿੰਦੁਸਤਾਨ ਵਿੱਚ ਉੱਚ ਪਦਵੀਆਂ ਤੇ ਪਹੁੰਚ ਗਏ ਅਤੇ ਹੁਣ ਉਹਨਾਂ ਦੇ ਬੱਚਿਆਂ ਨੇ ਵੀ ਤਰੱਕੀ ਕਰ ਲਈ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਜਿਹੜੇ ਕਸ਼ਮੀਰੀ ਪੰਡਤ ਉਥੋਂ ਉਜੜ ਕੇ ਆਏ ਉਸ ਸਾਰਿਆਂ ਦਾ ਜੀਵਨ ਮੁੜ ਬਹਾਲ ਹੋ ਗਿਆ ਖੁਸ਼ਹਾਲੀ ਹੋ ਗਈ ਤੁਸੀਂ ਦੇਖੋਗੇ ਜੰਮੂ ਵਿੱਚ ਹਲੇ ਵੀ ਜਿਹੜੇ ਕੈਂਪਾਂ ਚ ਆਏ ਸੀ ਉਹ ਉੱਥੇ ਹੀ ਰਹਿ ਰਹੇ ਨੇ ਸਰਕਾਰ ਨੇ ਉਹਨਾਂ ਨੂੰ ਹਲੇ ਮਕਾਨ ਵੀ ਨਹੀਂ ਦਿੱਤੇ ਔਰ ਪੂਰੀ ਮਦਦ ਵੀ ਨਹੀਂ ਕੀਤੀ ਕਿਉਂਕਿ ਇੰਦਰਾ ਗਾਂਧੀ ਨੇ ਵੀ ਜਦੋਂ ਕਸ਼ਮੀਰੀਆਂ ਨੂੰ ਉੱਥੋਂ ਛੱਡਣ ਲਈ ਗਿਆ ਸ਼੍ਰੀਨਗਰ ਉਸ ਵੇਲੇ ਉਹਨਾਂ ਨੂੰ डीलक्स बसਾਂ ਪ੍ਰੋਵਾਈਡ ਕੀਤੀਆਂ ਗਿਆ ਕਿ ਤੁਸੀਂ ਰਾਤੋ-ਰਾਤ ਖਾਲੀ ਕਰੋ ਕਿਉਂਕਿ ਇੰਦਰਾ ਗਾਂਧੀ ਨੇ ਉਸ ਮੌਕੇ ਨੂੰ ਪੋਲੀਟੀਕਲਾਈਜ਼ ਕਰਕੇ ਤੇ ਵਰਤਣਾ ਸੀ ਹੋ ਸਕਦਾ ਹੈ ਜੇ ਸਰਕਾਰ ਉਹਨਾਂ ਨੂੰ ਫੈਸਿਲੀਟੇਟ ਨਾ ਕਰਦੀ ਤਾਂ ਸ਼ਾਇਦ ਇਹਨੇ ਕਸ਼ਮੀਰੀ ਸ਼੍ਰੀਨਗਰ ਕਦੀ ਵੀ ਨਾ ਛੱਡ ਦੇ ਸੋ ਇਹ ਸਿਆਸਤ ਖੇਡੀ ਇੰਦਰਾ ਗਾਂਧੀ ਨੇ ਪਰ ਇਸ ਤੋਂ ਅੱਗੇ ਦੇਖੋ ਕਿ ਜਿਹੜੀ ਹੁਣ ਦੀ ਸਰਕਾਰ ਹੈ 2014 ਤੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਇਹ ਵੀ ਕਸ਼ਮੀਰ ਦੀ ਦਾ ਜੋ ਸਿਆਸੀਕਰਨ ਆਪਣੇ ਮਫਾਦ ਲਈ ਕਰ ਰਹੇ ਹਨ ਉਹਦਾ ਪੋਲੀਟੀਕਲ ਬੈਨੀਫਿਟ ਲੈਣ ਲਈ ਵੋਟਾਂ ਲਈ ਔਰ ਜਿਹੜਾ ਐਕਸ ਚੀਫ ਮਿਨਿਸਟਰ ਹੈ ਬਗੇਲਾ ਉਸ ਨੇ ਜੋ ਚਾਰਜ ਲਾਏ ਹਨ ਪਲਵਾਨਾ ਮਾਰੇ ਪਾਕਿਸਤਾਨ ਤੇ ਕੀਤੇ ਬੰਬਾਰਡਮੈਂਟ ਬਾਰੇ ਔਰ ਗੋਦਰਾ ਰੇਲਵੇ ਦੀ ਜਿਹੜੀ ਅੱਗ ਲੱਗੀ ਏ ਜੇ ਉਹ ਤੁਸੀਂ ਉਹਨਾਂ ਦੇ ਵਿਚਾਰ ਅੱਜਕੱਲ ভাইরাল ਹੋ ਰਹੇ ਹਨ ਜੇ ਤੁਸੀਂ ਸੁਣੋ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਹਨ ਕਿ ਸਰਕਾਰਾਂ ਚੋਣਾਂ ਜਿੱਤਣ ਲਈ ਇਹ ਖੇਤ ਵੀ ਖੇਡ ਦਿਆਂ ਹਨ ਸੋ ਕਸ਼ਮੀਰੀ ਪੰਡਤਾਂ ਦੀ ਇਹ ਫਿਲਮ ਇਸ ਲਈ ਨਹੀਂ ਬਣਾਈ ਗਈ ਕਿ ਕਸ਼ਮੀਰੀ ਪੰਡਤਾਂ ਨੂੰ ਕੁਝ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਸਨ ਇਹ ਫਿਲਮ ਦਿਖਾ ਕੇ ਸਾਰੇ ਦੇਸ਼ ਵਿੱਚ ਮੁਸਲਮਾਨਾਂ ਪ੍ਰਤੀ ਇੱਕ ਨਫ਼ਰਤ ਜਿਹੜੀ ਪੈਦਾ ਕਰਨੀ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਇਸ ਫਿਲਮ ਨੂੰ ਪ੍ਰਪਗੈਂਡਾ ਫਿਲਮ ਔਰ ਨਿਹਾਇਤ 8 ਦੇ ਪੁਆਇੰਟ ਤੋਂ ਘਡਿਆ ਫਿਲਮ ਮੰਨਿਆ ਜਾਂਦਾ ਹੈ ਇਸੇ ਕਰਕੇ ਨਾਦਵ ਲਿਪਿਡ ਜੋ ਇੰਟਰਨੈਸ਼ਨਲ ਪੱਧਰ ਦੇ ਫਿਲਮ ਕ੍ਰਿਟਿਕਾਂ ਉਹਨਾਂ ਨੇ ਇਹ ਟਿੱਪਣੀ ਕੀਤੀ ਕਿ ਇਹ ਫਿਲਮ ਬਹੁਤ ਘਡਿਆ ਦਰਜੇ ਦੀ ਹੈ ਔਰ ਇਹ ਪ੍ਰੋਪਾਗੈਂਡਾ ਫਿਲਮ ਹੈ ਔਰ ਇਹ ਬੇਤੁਕੀ ਹੈ ਔਰ ਇਸ ਦਾ ਕੋਈ ਸ਼ਰਮੂ ਨਹੀਂ ਔਰ ਉਹ ਇਹ ਵੀ ਡਿਜ਼ਰਵ ਨਹੀਂ ਸੀ ਕਰਦੀ ਕਿ ਜਿਹੜੀਆਂ 15 ਫਿਲਮਾਂ ਵਿੱਚੋਂ ਜੇਤੂ ਫਿਲਮਾਂ ਨੂੰ ਅਵਾਰਡ ਦੇਣੇ ਸੀ ਕਿ ਉਹਨਾਂ 15 ਫਿਲਮਾਂ ਦੀ ਉਸ ਲਿਸਟ ਵਿੱਚ ਦਰਜ ਕੀਤੀ ਜਾਂਦੀ ਔਰ ਜਾ ਕੇ ਜੋ ਉਹਨੇ ਆਪਣੇ ਮੀਡੀਆ ਨੂੰ ਕਿਹਾ ਹੈ ਉਹ ਤੇ ਬਿਲਕੁਲ ਪਰ ਸਰਕਾਰ ਨੂੰ ਐਕਸਪੋਜ਼ ਕਰਦਾ ਹੈ ਉਹਨੇ ਇਹ ਕਿਹਾ ਕਿ ਸਰਕਾਰ ਦੇ ਦਬਾਹ ਹੇਠ ਫਿਲਮ 15 ਫਿਲਮਾਂ ਵਿੱਚ ਦਰਜ ਕੀਤੀ ਗਈ ਇਸ ਤੋਂ ਅੱਗੇ ਉਹਨਾਂ ਨੇ ਦੱਸਿਆ ਕਿ ਮੈਨੂੰ ਹਿੰਦੁਸਤਾਨ ਦੇ ਫਿਲਮ ਕ੍ਰਿਟਿਕਸ ਦੀਆਂ ਤੇ ਹਿੰਦੁਸਤਾਨ ਦੇ ਅਦਾਕਾਰਾਂ ਦੀਆਂ ਕਿੰਨੀਆਂ ਹੀ ਈਮੇਲਾਂ ਆਈਆਂ ਕਿ ਜੋ ਤੁਸੀਂ ਕਿਹਾ ਉਹ ਬਹੁਤ ਵਧੀਆ ਕਿਹਾ ਤੇ ਠੀਕ ਕਿਹਾ ਹਿੰਦੁਸਤਾਨ ਦੇ ਅਦਾਕਾਰਾਂ ਐਕਟਰਾਂ ਐਕਟਰਸਿਸ ਔਰ ਡਾਇਰੈਕਟਰਾਂ ਔਰ ਅਲੋਚਕਾਂ ਨੇ ਫਿਲਮ ਕ੍ਰੈਟਿਕਸ ਨੇ ਲੈਪਿਡ ਨੂੰ ਈਮੇਲ ਆ ਰਹੀ ਐ ਅਪਰੀਸ਼ੀਏਟ ਕੀਤਾ ਅਪਲੋਡ ਕੀਤਾ ਔਰ ਉਸ ਨੂੰ ਚੰਗਾ ਕਿਹਾ ਅੱਜ ਦੀ ਚਰਚਾ ਨੂੰ ਇੱਥੇ ਖਤਮ ਕਰਦੇ ਆਂ ਉਮੀਦ ਹੈ ਦੀ ਕਸ਼ਮੀਰ ਬਾਰੇ ਇਹ ਚਰਚਾ ਪਸੰਦ ਆਏਗੀ ਤੁਹਾਨੂੰ ਤੇ ਫੇਰ ਇੱਕ ਹੋਰ ਚਰਚਾ ਲੈ ਕੇ ਆਵਾਂਗੇ ਤਦ ਤੱਕ ਧੰਨਵਾਦ